ਸਾਨੂੰ ਆਪਰੇਸ਼ਨ ਵਿਜਲ 'ਚ ਬੜੀ ਅੱਛੀ ਸਫਲਤਾ ਮਿਲੀ ਹੈ। ਸਾਡੀ ਜਿਹੜੀ ਨੰਗਲਪੁਰ ਦੀ ਟੀਮ ਹੈਗੀ ਆ ਪੁਲਿਸ ਸਟੇਸ਼ਨ ਦੀ, ਉਹਨਾਂ ਦੇ SHO ਨੇ, DSP ਸਿਟੀ ਜਿਹੜੇ ਸਾਡੇ ਸੁਪਰਵਾਈਜ਼ਰੀ ਅਫਸਰ ਹੈ, ਉਹਨਾਂ ਦੀ ਨਿਗਰਾਨੀ 'ਚ ਇੱਕ ਟਰੱਕ ਔਰ ਇੱਕ ਕਾਰ ਵਰਨਾ ਕਾਰ, ਉਹ ਦੋ ਗੱਡੀਆਂ ਇੰਟਰਸੈਪਟ ਕੀਤੀਆਂ ਜਿਨ੍ਹਾਂ ਦੇ ਵਿੱਚ ਹੈਵੀ ਰਿਕਵਰੀ ਦੀ ਡਰੱਗ ਮਿਲੀ ਆ ਪੋਪੀ ਹੈਸਲ। ਔਰ ਜੋ ਹੁਣ ਤੱਕ ਪ੍ਰਲਿਮਰਲੀ ਇਹਨਾਂ ਦੀ ਇੰਟੈਰੋਗੇਸ਼ਨ ਆ, ਇਹਨਾਂ ਨੇ 5 ਬੰਦੇ ਵੀ ਅਰੈਸਟ ਕੀਤੇ ਹੈਗੇ ਆ। ਉਹਨਾਂ 'ਚੋਂ ਪਤਾ ਲੱਗਾ ਵੀ ਇਹ ਬੰਦੇ ਜੰਮੂ ਕਸ਼ਮੀਰ ਤੋਂ ਜਿਹੜਾ ਪੋਪੀ ਹੈਸਕ ਹੈ ਉਹ ਇਸ ਰੂਟ ਤੋਂ ਅੱਗੇ ਬਲਾਚੌਰ ਦੇ ਏਰੀਏ 'ਚ ਲੈ ਕੇ ਜਾ ਰਹੇ ਸੀਗੇ, ਜਿਹਨਾਂ ਨੂੰ ਉਹਨੇ ਰਸਤੇ 'ਚ ਇੰਟਰਸੈਪਟ ਕੀਤਾ। ਇਹ ਵਿਜੀ ਜਿਹੜਾ ਓਪਰੇਸ਼ਨ ਆ ਉਹਦੀ ਵਿਜੀਬਿਲਟੀ ਕਰਕੇ ਔਰ ਫੋਰਸ ਦੀ ਅਲਰਟਨੈਸ ਕਰਕੇ ਇੱਦਾਂ ਦੀਆਂ ਹੈਵੀ ਰਿਕਵਰੀਜ਼ ਜਿਹੜੀਆਂ ਹੈਗੀਆਂ ਉਹ ਪੋਸੀਬਲ ਹੋ ਰਹੀਆਂ ਹੈਗੀਆਂ। ਔਰ ਬੜੀ ਮੈਂ ਟੀਮ ਨੂੰ ਐਪਰੀਸ਼ੀਏਟ ਕਰਦਾ ਜਿਨ੍ਹਾਂ ਨੇ ਬੜੀ ਅੱਛੇ ਤਰੀਕੇ ਨਾਲ ਪੁਖਤਾ ਜਿਹੜੀ ਆ ਨਾਕਾਬੰਦੀ ਕੀਤੀ ਸੀ ਅਤੇ ਉਹਦੇ ਕਰਕੇ ਰਿਜ਼ਲਟ ਮਿਲਿਆ। ਇੱਕ ਕਾਰ, ਇੱਕ ਟਰੱਕ, 5 ਮੁਰਜਮ ਔਰ ਮੇਰਾ ਖਿਆਲ 2 ਕੁਇੰਟਲ ਤੋਂ ਜ਼ਿਆਦਾ ਜਿਹੜਾ ਨਸ਼ਾ ਹੈਗਾ ਪੋਪੀ ਹਸਕ ਦਾ ਉਹ ਹੁਣ ਰਿਕਵਰ ਹੋਇਆ। ਬਾਕੀ ਅਗਲੀ ਤਫਤੀਸ਼ ਚੱਲ ਰਹੀ ਹੈਗੀ ਹੈ। ਇਹ ਇਹਨਾਂ ਤੋਂ ਅਗਲਾ ਗੱਲ ਵੀ ਅਸੀਂ ਪੁੱਛਾਂਗੇ ਵੀ ਇਹਨਾਂ ਦਾ ਰੂਟ ਜਿਹੜਾ ਸੀਗਾ ਉਹ ਹੋਰ ਇਹਨਾਂ ਨੇ ਕਿਹੜੇ ਕਿਹੜੇ ਸਮਗਲਰ ਇਨਵੋਲਵ ਕੀਤੇ ਸੀ। ਸਰ ਇੰਟਰਸਟੇਟ ਇਹ ਬੇਸਿਕਲੀ ਜਿੱਥੇ ਹੁਣ ਆਪਾਂ ਖੜ੍ਹੇ ਹਾਂ, ਹੁਣ ਤੁਸੀਂ ਦੇਖ ਸਕਦੇ ਹਾਂ ਜੇ ਤੁਸੀਂ ਕੈਮਰਾ ਉਸ ਸਾਈਡ 'ਤੇ ਲਿਜਾਓ, ਇੱਧਰੋਂ ਵੀ ਸਾਨੂੰ ਜਿਹੜਾ ਹੈਗਾ CCTV ਕਵਰੇਜ ਹੋ ਰਹੀ ਆ, ਉੱਪਰਲੇ ਪਾਸੇ ਵੀ CCTV ਕਵਰੇਜ ਹੋ ਰਹੀ ਆ। ਪਠਾਨਕੋਟ ਪੰਜਾਬ ਦਾ ਪਹਿਲਾ ਜ਼ਿਲ੍ਹਾ ਆ ਜਿਹਦੇ ਵਿੱਚ ਅਸੀਂ ਤਕਰੀਬਨ ਜਿਹੜੇ ਮੇਜਰ ਨਾਕਾ ਪੁਆਇੰਟਸ ਨੇ ਉਹਨਾਂ ਨੂੰ ਅਸੀਂ CCTV ਸਰਵਲੈਂਸ ਨਾਲ ਕਵਰ ਕੀਤਾ ਹੋਇਆ। ਇਹਨਾਂ ਦੇ IP ਐਡਰੈਸ ਬਣਾ ਕੇ ਜਿਹੜਾ ਫਾਸਟ ਇੰਟਰਨੈਟ ਹੈ ਉਹਦੇ ਨਾਲ ਅਸੀਂ ਕੰਟਰੋਲ ਰੂਮ 'ਤੇ ਉਹਨਾਂ ਨੂੰ ਕਨੈਕਟ ਕੀਤਾ ਹੋਇਆ ਤਾਂ ਕਿ ਸਾਨੂੰ ਰੀਅਲ ਟਾਈਮ ਜਿਹੜੀ ਫੀਡ ਹੈਗੀ ਉਹ ਮਿਲਦੀ ਰਹੇ। ਉਹਦੇ 2 ਮਕਸਦ ਨੇ, ਇੱਕ ਤਾਂ ਫੋਰਸ ਦੀ ਅਲਰਟਨੈਸ ਅਸੀਂ ਚੈੱਕ ਕਰਦੇ ਹਾਂ 24 ਘੰਟੇ ਵੀ ਸਾਡੀ ਫੋਰਸ ਮੌਕੇ 'ਤੇ ਕੰਮ ਕਰ ਰਹੀ ਹੈ, ਕੰਟਰੋਲ ਰੂਮ ਵਾਲੇ ਬੰਦੇ ਜਿਹੜੇ ਹੈਗੇ ਆ ਕੰਟਰੋਲ 'ਤੇ ਬੈਠੇ, ਵੱਖਰੀਆਂ ਵੱਖਰੀਆਂ ਟੀਮਾਂ 8-8 ਘੰਟੇ ਦੀ ਡਿਊਟੀ ਦੇ ਨਾਲ ਇਹਨਾਂ ਨੂੰ ਚੈੱਕ ਕਰਦੀਆਂ। ਦੂਸਰਾ ਜਿਹੜੀ ਫੋਰਸ ਅਲਰਟ ਰਹਿਣ ਕਰਕੇ ਜਿਹੜੀ ਹੈਗੀ ਆ ਉਹ ਜਿਹੜੀ ਚੈਕਿੰਗ ਹੈਗੀ ਉਹ ਵੀ ਬੜੀ ਹਾਈ ਲੈਵਲ ਦੀ ਉੱਚ ਪੱਧਰ 'ਤੇ ਹੁੰਦੀ।